लो जी भाई एक जर्मन शेफर्ड ते हस्की है ब्रे। हां फीमेल है ब्रे हस्की। की हाल है ब्रे? बढ़िया जी। कितों आयो? संगतपुर से। संगतपुर तो आया भाई, देख हस्की दिखा दे पहले गुरप्रीत। हस्की कड्यो? फीमेल आ गई। फीमेल है ब्रे। ऑड आई जा? ब्लैक आई। ब्लैक आई दे बच्चा भाई देख सकदे होंगे। हस्की आ कितने टाइम दी होगी ब्रे? हैगी है भाई 32 दिनों दी। 32 दिनों दी है जी। 32 दिनों दी है भाई। कितने रुपए ब्रे दे? 2000 भाई। 9000 जी। लो भाई जी 9000 रुपए दी है फीमेल ਬਲੈਕ ਆਈ ਦੇ ਵਿੱਚ ਆ 32 ਦਿਨਾਂ ਦੀ ਹੈ ਨਾ। ਜਰਮਨ ਸ਼ੈਫਰਡ ਕਿੰਨੀ ਕਿੰਨੀ ਉਮਰ ਦੇ ਨੇ ਸਾਰੇ? ਇਹ ਵੀ ਬਾਈ 35-36 ਦਿਨਾਂ ਦੇ ਨੇ। 35-36 ਇੱਕ ਦਿਨਾਂ ਦੇ ਨੇ। ਵੈਕਸੀਨੇਸ਼ਨ ਤਾਂ ਨਹੀਂ ਹੋਈ ਕੋਈ? ਨਾ ਵੀਰੇ ਹੋਈ ਨਹੀਂ। ਵੈਕਸੀਨੇਸ਼ਨ ਕੋਈ ਨਹੀਂ ਹੋਈ, ਉਹੀ ਵੀ ਦੇ ਸਕਦੇ ਹੋ। ਮੇਲ ਫੀਮੇਲ ਕਿੰਨੇ ਨੇ? ਇੱਕ ਮੇਲ ਵੀਰੇ, 3 ਫੀਮੇਲਾਂ ਨੇ। ਇੱਕ ਮੇਲ 3 ਫੀਮੇਲ 32-32 ਦਿਨਾਂ ਦੇ ਨਾ। ਰੇਟ ਰੇਟ ਬਾਈ ਕਰ ਲਾਂਗੇ ਜੀ, ਕੋਈ ਗੱਲ ਨਹੀਂ। ਫਿਰ ਵੀ ਕਿੰਨਾ ਮੰਗਦੇ? ਕਿੰਨਾ ਮੰਗਦੇ ਮੇਲ ਦਾ ਵੀਰੇ? 9000। ਅੱਛਾ ਜੀ। ਫੀਮੇਲ ਦੇ ਆਏ 7000। ਲਓ ਬਾਈ ਜੀ 9000 ਤੇ 7000 ਹੈ। ਹਾਂਜੀ ਹਾਂਜੀ ਦੇਖ ਸਕਦੇ ਹੋ ਬਾਈ ਜੀ। ਘਰੇ ਕੀ ਹੁੰਦਾ? ਕਰੇ ਬਾਈ ਹਸਕੀ ਜਰਮਨ ਸਾਰੀ ਵੀ ਡਈ ਸਾਰੀ ਸਾਰੀ ਠੀਕ ਹੈ ਬਾਈ। ਕਿੰਨਾ ਟਾਈਮ ਕੰਮ ਕਰਦੇ ਨੇ? ਹੋ ਗਏ ਬਾਈ 4-5 ਸਾਲ। 4-5 ਸਾਲ ਚਲੋ ਠੀਕ ਹੈ ਵੀਰੇ। ਉਹ ਹੁੰਦੇ ਨੇ ਉਹ ਵੀ ਆਪਣੇ ਨੇ। ਉਹ ਦਿਖਾ ਗੁਰ ਪੇ ਪਰਲੇ। ਲਓ ਬਾਈ ਜੀ ਕਾ ਦਿਖਾ ਦਈਏ। ਇਹ ਕੀ ਹੈ ਵੀਰੇ? ਇਹ ਬਾਈ ਫੀਮੇਲ ਲਾਲ ਜੀ ਸੀ। ਹਾਂਜੀ ਹਾਂ ਮੇਲ ਹੈਗਾ ਸੀਗਾ ਵਾਈਟ ਆਪਣੇ ਕੋਲ ਸਾਡੇ। ਕਿਹੜੀ ਬਰੀਡ ਕਿਹੜੀ ਹੈਗੀ? ਇਹ ਪੋਮੇਰੀਅਨ ਹੀ ਆ ਬਾਈ। ਪੋਮੇਰੀਅਨ ਆ? ਹਾਂ ਮਾਂ ਇਹਨਾਂ ਦੀ ਕਲਚਰ ਸੀਗੀ। ਲੋ ਬਾਈ ਜੀ ਦੇਖ ਸਕਦੇ ਹੋਰ ਕੁਝ ਨਿਕਲਿਆ ਡੱਬੇ ਜਾ ਕੇ। ਡੱਬੇ ਜਾ ਕੇ ਬਾਈ ਦੇਖ ਸਕਦੇ ਨਾ। ਹਾਂਜੀ ਆਹ ਕੱਢੋ ਕਾਲੇ ਜੇ ਕੰਨਾਂ ਵਾਲਾ। ਘੈਂਟ ਲੱਗ ਰਹੇ ਨੇ ਯਾਰ ਇਹੋ ਜਿਹੀ ਗੱਲ ਹੀ ਨਾ। ਇਹ ਪੰਜਾਬੀ ਨੇ ਜਿਹੜੇ ਕੁਝ ਨਾ ਕੁਝ ਉਹ ਕਰਦੇ ਰਹਿੰਦੇ ਨੇ ਨਾ, ਤਜਰਬੇ ਕਰੇ ਹੋਏ ਨੇ ਦੇਖ ਸਕਦੇ। ਕਾਲੇ ਕੰਨ ਆ ਗਏ। ਕਿੰਨੀ ਉਮਰ ਦੇ ਨੇ ਇਹ? ਇਹ ਵੀ ਬਾਈ ਹੈਗਾ 36-37 36-37 ਦਿਨਾਂ ਦਾ ਨਾ। ਉਹ ਬਾਈ ਦੇ 36-37 ਦਿਨਾਂ ਦੇ ਨੇ। ਮੇਲ ਕਿੰਨੇ ਨੇ? ਫੀਮੇਲ ਕਿੰਨੇ? ਇਹੀ ਮੇਲ ਹੈ ਬਾਈ ਕੱਲਾ ਡੱਬਾ ਹੈ। ਅੱਛਾ ਇਹੀ ਮੇਲ ਆ? ਕੱਲਾ ਬਾਕੀ ਫੀਮੇਲ ਆਣੇ ਨੇ ਤਨ ਬਾਈ ਜੀ। ਇਹੀ ਮੇਲ ਆਗਾ, ਬਾਕੀ ਸਾਰੇ ਫੀਮੇਲ ਨੇ। ਕੀ ਰੇਟ ਆ? 35-35 ਲੋ ਬਾਈ ਜੀ 35-35 ਰੁਪਏ ਸੇਲ ਹੀ ਲਾਈ ਪਈ ਅੱਜ ਦਾ ਬਾਈ ਹੈ ਨਾ। ਨੰਬਰ ਬੋਲ ਦਿਓ ਚੱਲ ਫਿਰ। 98-881-43-116। ਠੀਕ ਹੈ ਜੀ ਠੀਕ ਹੈ ਵੀਰੇ। ਓਕੇ ਧੰਨਵਾਦ, ਥੈਂਕ ਯੂ। ਅੱਗੇ ਚੱਲਦੇ ਹਾਂ ਬਾਈ ਜੀ, ਬਣੇ ਰਹੋ ਵੀਡੀਓ ਦੇ ਵਿੱਚ। ਅਸੀਂ ਆਇਆ ਫਿਰ ਪਹਿਲਾਂ ਆਪਣੇ ਨੇ ਵੀਰੇ। ਕੀ ਹਾਲ ਨੇ ਬਾਈ ਜੀ? ਕਿੱਥੋਂ ਆਏ ਹੋ ਲੋਹਾ ਖੇੜੇ ਤੋਂ ਆਏ ਬਾਈ ਦੇਖ ਸਕਦੇ ਹੋ ਜਰਮਨ ਸ਼ੈਫਰਡ ਹਾਂਜੀ ਜਰਮਨ ਸ਼ੈਫਰਡ ਖਾਸ ਆਏ ਹੋਏ ਨੇ ਅੱਜ ਮੰਡੀ ਦੇ ਵਿੱਚ ਹੈ ਨਾ ਕਿੰਨੀ ਕਿੰਨੀ ਉਮਰ ਦੇ ਨੇ ਵੀਰੇ ਇਹ? 1 ਮਹੀਨੇ ਦੇ ਨੇ ਬਾਈ ਦੇਖ ਸਕਦੇ ਹੋ ਮੇਲ ਫੀਮੇਲ
40-42 ਦਿਨਾਂ ਦੇ ਹੋਊਗਾ ਨਾ ਤੋ ਬਾਈ ਜੀ ਰੇਟ ਕੀ ਹੈ ਰੇਟ ਵੀਰ ਜੀ ਵਿਦ ਕੇਸੀ ਆਈ ਹੈਗਾ 25,000 ਹਾਂਜੀ ਵਿਦਆਊਟ ਕੇਸੀ 22,000 ਠੀਕ ਹੈ ਬਾਈ ਜੀ ਬਾਈ ਜੀ ਦੇਖ ਪੇਪਰਾਂ ਦੇ ਨਾਲ ਤਾਂ ਮਿਲੂ 25,000 ਦਾ ਹਾਂਜੀ ਹਾਂਜੀ ਬਿਨਾਂ ਪੇਪਰ ਤੋਂ 22,000 ਹਾਂਜੀ ਹੈ ਨਾ ਇਹ ਤੁਹਾਡੀ ਇੱਛਾ ਬਾਈ ਜੀ ਕਿਵੇਂ ਮਰਜ਼ੀ ਲੈ ਲਿਓ ਚਲੋ ਠੀਕ ਹੈ ਵੀਰੇ ਠੀਕ ਹੈ ਵੀਰ ਧੰਨਵਾਦ ਬਾਈ ਜੀ ਅੱਗੇ ਚੱਲਦੇ ਹਾਂ ਕਿਉਂ ਛੋਟੂ ਕੀ ਹਾਲ ਚਾਲ ਨੇ ਠੀਕ ਹੈ ਜੀ ਕੀ ਨਾਮ ਆ ਦਿਲਪ੍ਰੀਤ ਸਿੰਘ ਜੀ ਕਿੱਥੋਂ ਆਇਆ ਮੰਡੇਰ ਕਲਾਂ ਤੋਂ ਮੰਡੇਰ ਕਲਾਂ ਤੋਂ ਆਇਆ ਬਾਈ ਕਿਹੜੀ ਆ ਇਹ ਬੇ ਬਿਗਲ ਹਾਂਜੀ ਬਿਗਲ 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 ਆ ਬਾਈ ਦੇ ਸਕਦੇ ਕਿੰਨੀ ਉਮਰ ਦੀ ਹੋ ਗਈ ਸਾਲ ਦੀ ਸਾਲ ਦੀ ਕੀ ਮੰਗਿਆ 25,000 25,000 ਰੁਪਇਆ ਬਾਈ ਦੇ 25,000 ਰੁਪਇਆ ਮੰਗਿਆ ਬਾਈ ਸੂਈ ਹੋਈ ਆ ਬੱਚੇ ਨਾਲ ਦਿਓਗੇ ਹਾਂਜੀ ਬੱਚੇ ਨਾਲ ਦਿਓਗੇ ਬੱਚੇ ਤਾਂ ਦਿਓ ਯਾਰ ਨਾਲ ਆਏਗਾ ਉਹਨੂੰ ਕਰ ਦਿਓਗੇ ਜਦੋਂ ਸੂਈ ਹੋਈ ਆ ਇਹ ਹੈਂ ਚਲੋ ਠੀਕ ਹੈ ਫਿਰ ਧੰਨਵਾਦ ਬਾਈ ਦੁੱਧ ਪਾਉਣ ਲੱਗਿਆ ਪਿਆ ਹੈਗਾ ਬਾਈ ਕੀ ਹਾਲ ਚਾਲ ਨੇ ਵਧੀਆ ਬਾਈ ਜੀ ਕਿੱਥੋਂ ਆਏ ਹੋ ਹਰੀਗੜ੍ਹੋਂ ਬਾਈ ਹਰੀਗੜ੍ਹ ਤੋਂ ਆਇਆ ਬਾਈ ਦੇਖ ਸਕਦੇ ਹੋਗੇ ਕੀ ਕੀ ਲੈ ਕੇ ਆਏ ਹੋ ਇਹ ਵੀਰੇ ਆਪਣੇ ਜਰਮਨ ਹੈਗਾ ਅਤੇ ਉੱਧਰੋਂ ਲਾਇਬ੍ਰੇਰੀ ਹੈਗੇ ਅੱਛਾ ਜੀ ਤਿੰਨ ਜਰਮਨ ਇੱਕ ਲਾਇਬ੍ਰੇਰੀ ਮੇਲ ਫੀਮੇਲ ਕੀ ਕੀ ਹਾਂਜੀ ਹਾਂਜੀ ਫੀਮੇਲ ਤੇ ਉਹ ਕੀ ਹੈਗਾ ਮੇਲ ਆ ਜੀ ਅੱਛਾ ਹਾਂਜੀ ਚਿੱਟਾ ਜਿਹਾ ਮੇਲ ਆ ਬਾਈ ਦੇਖ ਸਕਦੇ ਹੋ ਆਹ ਤਿੰਨ ਇਤਨੇ ਆ ਇੱਕ ਫੀਮੇਲ ਹੈ ਜੀ ਹਾਂਜੀ ਦੋ ਮੇਲ ਨੇ ਕਿੰਨੀ ਕਿੰਨੀ ਉਮਰ ਦੇ ਨੇ ਇਹ ਜੀ 1 ਮਹੀਨੇ ਦੇ ਜੀ ਜਰਮਨ ਹਾਂਜੀ ਉਹ ਦੂਜਾ ਉਹ ਜੀ ਉਹ ਵੀ ਬਸ ਮਹੀਨੇ ਕਦੀ ਉਹ ਹੋਊਗਾ ਜੀ ਮਹੀਨੇ ਕਦੀ ਡੇਟ ਉਹ ਯਾਦ ਨਹੀਂ ਆਣੀ ਕਿ ਉਹਦੀ ਠੀਕ ਆ ਜੀ ਕੀ ਮੰਗਿਆ ਕੀ ਹੈ ਰੇਟ ਦਾ ਇਹ ਜੀ ਆਪਣੇ ਜਨ ਕੇ ਜਿਹੜਾ ਜਰਮਨ ਹੈ ਜੀ ਇਹ ਹਾਂਜੀ ਤੇ ਆਪਣੇ 7,000 ਰੁਪਏ ਦੇ ਹੈਗੇ 7,000 ਦਾ ਜਰਮਨ ਤੇ ਹਾਂਜੀ ਤੇ ਫੀਮੇਲ ਜਿਹੜੀ ਉਹ ਆਪਣੇ 5,000 ਦੀ ਹੈਗੀ 5,000 ਦੀ ਹਾਂਜੀ ਆਹ ਲਾਇਬ੍ਰੇਰੀ ਆਪਣੇ 4,000 ਰੁਪਏ ਦਾ 4,000 ਦਾ
ਉਹ ਪਰਲੇ ਵੀ ਆਪਣੇ ਨੇ ਹਾਂ ਜੀ ਉਹ ਆਪਣੇ ਉਹ ਨਾਲ ਦੇ ਮੁੰਡੇ ਦੇ ਨੇਗੇ ਉਹ ਕਿੰਨੇ ਕਿੰਨੇ ਟਾਈਮ ਦੇ ਹੋਵੇ ਉਹਦੇ ਆਪਣੇ ਇਹੀ ਹਿਸਾਬ ਕਿਤਾਬ ਆ ਜੀ ਬਸ ਤੇ ਉਹ ਜਾਣ ਕੇ ਉਹ ਦੂਜੇ ਮੁੰਡੇ ਨੂੰ ਪਤਾ ਉਹ ਯਸੂ ਆ ਨਾ ਆਹ ਇਹ ਆਪਣੇ ਆ ਬਾਈ ਹੋਰੇ ਆਪਣੇ ਨੇ ਬਾਈ ਕੀ ਹਾਲ ਚਾਲ ਹੈ ਬਈਏ ਵੀਰੇ ਕਿੱਥੋਂ ਆਇਓ ਵੀਰੇ ਟੰਡੋਲੀ ਕਲਾ ਪਿੰਡ ਹੈ ਵੀਰੇ ਟੰਡੋਲੀ ਕਲਾ ਤੋਂ ਹਾਂ ਵੀਰੇ ਕੀ ਚੀਜ਼ ਹੈ ਵੀਰੇ ਵੀਰੇ ਕਲਚਰ ਪੋਮ ਨੇ ਕਲਚਰ ਪੋਮ ਬਾਈ ਦੇਖ ਲਓ ਕਲਚਰ ਪੋਮ ਨੇ ਕੱਢਿਓ ਇੱਕ ਵਾਰ ਯਾਰ ਕਲਚਰ ਪੋਮ ਆ ਬਾਈ ਟੰਡੋਲੀ ਕਲਾ ਤੋਂ ਆਏ ਨੇ ਬਾਈ ਗੱਲਬਾਤ ਕਰਦੇ ਆ ਕਿੰਨੀ ਕਿੰਨੀ ਉਮਰ ਦੇ ਹੋਗੇ ਵੀਰੇ ਵੀਰੇ 50 ਦਿਨਾਂ ਦੇ ਹੋਗੇ ਵੀਰੇ 50 ਦਿਨਾਂ ਦੇ ਵੈਕਸੀਨੇਸ਼ਨ ਤਾਂ ਨਹੀਂ ਹੋਈ ਵੈਕਸੀਨੇਸ਼ਨ ਹੋਈ ਹੋਈ ਹੈ ਵੀਰੇ ਕਾਰਡ ਵੀ ਹਾਂ ਵੀਰੇ ਕਾਰਡ ਵੀ ਹੈਗੇ ਨਾ ਵੀਰੇ ਹਾਂ ਮੇਲ ਫੀਮੇਲ ਕੀ ਕਿੰਨੇ ਮੇਲ ਆ ਵੀਰੇ ਇਹ ਉਹ ਪਰ ਲਿਓ ਉਹ ਵੀ ਮੇਲ ਆ ਵੀਰੇ ਉਹ ਵੀ ਮੇਲ ਆ ਦੋਏ ਮੇਲ ਨੇ ਬਾਈ ਦੇਖ ਸਕਦੇ ਹੋ ਮਹੀਨੇ ਮਹੀਨੇ ਦੇ ਕਿਹਾ ਮਹੀਨੇ ਮਹੀਨੇ ਦੇ ਹੋ ਗਏ ਹਨਾ ਦੇਖ ਸਕਦੇ ਹੋ ਕੀ ਰੇਟ ਆ 6000 ਹੈ ਵੀਰੇ ਦਾ ਠੀਕ ਹੈ ਜੀ ਕੱਦ ਕਿੱਡਾ ਕੋ ਜੂਗਾ ਕੱਦ ਦਾ ਵੀਰੇ ਛੋਟਾ ਹੀ ਹੈ ਜੀ ਛੋਟਾ ਹੀ ਹੈ ਹਾਂਜੀ ਛੋਟੀ ਰਹੇਗਾ ਜੀ ਸਿਰਫ 6000 ਰੁਪਏ ਮੰਗਿਆ ਗਾ ਹਾਂਜੀ ਇਹ ਟੁਆਇਚ ਤਾਂ ਨਹੀਂ ਹੈਗਾ ਜੀ ਨਹੀਂ ਜੀ ਟੁਆਇਚ ਨਹੀਂ ਹੈ ਕਲਚਰ ਚ ਹੈ ਜੀ ਕਲਚਰ ਚ ਹਾਂ ਠੀਕ ਹੈ ਜੀ ਉਹ ਵੀ ਇਹੀ ਹੈਗਾ ਹਾਂਜੀ ਉਹ ਵੀ ਇਹੀ ਹੈ ਜੀ ਲਓ ਬਈ 6000 ਰੁਪਏ ਮੰਗਿਆ ਬਾਈ ਨੇ ਹੋਰ ਕੀ ਹੁੰਦਾ ਘਰੇ ਵੀਰੇ ਆਪਣੇ ਇੱਕ ਪੈਟ ਬੋਲ ਆ ਅਮਰੀਕਨ ਬੁਲੀ ਵੀ ਨੇ ਅੱਛਾ ਹਾਂ ਵੀਰੇ ਕਿੰਨੇ ਨੇ ਟੋਟਲ ਕਿੰਨੇ ਨੇ ਵੀਰੇ ਦੋ ਤਿੰਨ ਦੋ ਤਿੰਨ ਹਾਂ ਵੀਰੇ ਠੀਕ ਹੈ ਜੀ ਇਕੱਲੇ ਹੀ ਕੰਮ ਕਰਦੇ ਹੋ ਹੋਰ ਵੀ ਕੰਮ ਨਹੀਂ ਵੀਰੇ ਇਹੀ ਕਰ ਪੜਦਾ ਵੀਰੇ ਪੜਦੇ ਹੋ ਠੀਕ ਆ ਕਿਹੜੀ ਕਲਾਸ ਚ ਐਮਬੀਏ ਕਰ ਰਹੇ ਹਾਂ ਐਮਬੀਏ ਕਰ ਰਹੇ ਹਾਂ ਠੀਕ ਆ ਬਈ ਦੇਖ ਬਈ ਪੜਾਈ ਦੇ ਨਾਲ ਨਾਲ ਕਰੀ ਜਾਂਦੇ ਹਾਂਜੀ ਹਾਂਜੀ ਵੀਰੇ ਵਧੀਆ ਫਾਇਦਾ ਹੁੰਦਾ ਹੈਗਾ ਹਾਂਜੀ ਹਾਂ ਮੈਂ ਵੀਰੇ ਪਹਿਲੀ ਵਾਰ ਸਵਾਈ ਆ ਫੀਮੇਲ ਪਹਿਲੀ ਵਾਰ ਸਵਾਈ ਹਾਂ ਪਹਿਲੀ ਵਾਰ ਸਵਾਈ ਵੈਸੇ ਪਹਿਲਾਂ ਤਾਂ ਸੌਂਕੜੂ ਰੱਖ ਦਿੱਤੀ ਜੀ ਠੀਕ ਆ ਜੀ ਤੇ ਮੀਟ ਆ ਫਿਰ ਮੀਟਿੰਗ ਕਰਵਾ ਲਈ ਦੀ ਆਪਾਂ ਨੇ ਫੀਮੇਲ ਦੀ ਸਹੀ ਗੱਲ ਆ ਬਈ ਚਲੋ ਨਾਲ ਨਾਲ ਜ਼ਰੂਰੀ ਆ ਨਾ ਹਾਂਜੀ ਹਾਂ ਹਾਂਜੀ ਸੌਂਕ ਵੀ ਨਹੀਂ ਹੁੰਦਾ ਬਿਜ਼ਨਸ ਵੀ ਚਾਹੀਦਾ ਨਾ ਨਾਲ ਪੈਸੇ ਵੀ ਆਉਣ ਕਿਸੇ ਪਾਸੋਂ ਹਾਂਜੀ ਵੀਰੇ ਠੀਕ ਆ ਜੀ ਖਵਾਉਣੇ ਕੀ ਇਹਨੂੰ ਇਹਨਾਂ ਦੇ ਵੀਰੇ ਸ਼ੈਰਾਲਿਕ ਤੇ ਦੁੱਧੇ ਹੀ ਚੱਲ ਰਹੇ ਨੇ ਸ਼ੈਰਾਲਿਕ ਦੇ ਦੁੱਧ ਕਿੰਨਾ ਟਾਈਮ ਖਵਾਉਣਾ ਹੁੰਦਾ ਉਹ ਵੀਰੇ ਤਿੰਨ ਟਾਈਮ ਚੱਲਦਾ ਹੈਗਾ ਤਿੰਨ ਟਾਈਮ ਹਾਂ ਮਾਰਨਿੰਗ ਟਾਈਮ ਹਾਂਜੀ ਦੁਪਹਿਰ ਤੇ ਸ਼ਾਮ ਠੀਕ ਹੈ ਵੀਰੇ ਚਲੋ ਠੀਕ ਹੈ ਵੀਰੇ ਠੀਕ ਹੈ ਵੀਰੇ ਧੰਨਵਾਦ ਠੀਕ ਹੈ ਕੀ ਹਾਲ ਨੇ ਵੀਰੇ ਠੀਕ ਠਾਕ ਜੀ ਵੀਰੇ ਕਿੱਥੋਂ ਆਇਓ ਗੰਡੂਆਂ ਤੋਂ ਜੀ ਗੰਡੂਆਂ ਤੋਂ ਆਏ ਨੇ ਕੀ ਨੇ ਵੀਰੇ ਇਹ ਚਾਰੇ ਫੀਮੇਲ ਨੇ ਵੀਰੇ ਠੀਕ ਹੈ ਬਾਈ ਜੀ ਕਿਹੜੀ ਬਰੀਡ ਕਿਹੜੀ ਆ ਇਹ ਪਪੀਰੀਅਮ ਹੈ ਜੀ ਪਪੀਰੀਅਮ ਪਪੀਰੀਅਮ ਆ ਬਾਈ ਸਾਰੇ ਕਮੈਂਟ ਕਰਕੇ ਦੱਸੋ ਵੀ ਕਿਵੇਂ ਲੱਗ ਰਹੀ ਆ ਨਾ ਦੇਖ ਸਕਦੇ ਹੋ ਜੀ ਤਿੰਨ ਤਿੰਨ ਹਜ਼ਾਰ ਚ ਛੱਡ ਦੋ ਹੋਰ ਕੀ ਹੁੰਦਾ ਘਰੇ ਬਾਕੀ ਮੁਰਗੇ ਨੇ ਬਾਕੀ ਮੁਰਗੇ ਨੇ ਚਲੋ ਠੀਕ ਹੈ ਵੀਰੇ ਧੰਨਵਾਦ ਬਾਈ ਜੀ ਤੇ ਹੋਰ ਦਿਖਾਉਣੇ ਬਾਈ ਤੁਹਾਨੂੰ ਬਾਈ ਜੀ ਕੀ ਹਾਲ ਚਾਲ ਨੇ ਕਿੱਥੋਂ ਆਇਓ ਮਲੇਰ ਕੋਲੇ ਤੋਂ ਆਏ ਨੇ ਬਾਈ ਆਪਣੇ ਧੂਰੀ ਦੇ ਕੋਲੋਂ ਜਾਵਾਂ ਹਨ ਕੀ ਨੇ ਵੀਰੇ ਇਹ ਚੋਚੋ ਨੇ ਚੋਚੋ ਦੋ ਬਾਈ ਦੇ ਦੋ ਚੋਚੋ ਨੇ ਚਾਈਨਾ ਮੇਡ ਬਰੀਡ ਆ ਗਿਆ ਦਾ ਮਤਲਬ ਬਾਈ ਦੇਖ ਸਕਦੇ ਹੋ ਨਾ ਕੁਆਲਿਟੀ ਚੈੱਕ ਕਰੋ ਕੁਆਲਿਟੀ ਬਾਈ ਤੁਹਾਡੇ ਸਾਹਮਣੇ ਹੈ ਨਾ ਇੱਕ ਉੱਥੇ ਰੱਖੇ ਉੱਪਰ ਬਾਈ ਕੁਆਲਿਟੀ ਦੇਖੋ ਵਾਲਾ ਕਮੈਂਟ ਕਰਕੇ ਦੱਸੋ ਵੀ ਕੁਆਲਿਟੀ ਕਿਵੇਂ ਲੱਗ ਰਹੀ ਹੈ ਕਿੰਨੇ ਕਿੰਨੇ ਟਾਈਮ ਦੇ ਹੋਗੇ ਵੀਰੇ 48 ਮੇਲ ਫੀਮੇਲ ਕੀ ਨੇ ਫੀਮੇਲ ਨਹੀਂ ਨੇ ਤਿੰਨ ਫੀਮੇਲ ਨੇ 48 ਦਿਨਾਂ ਦੇ ਵੈਕਸੀਨ ਕੱਲ ਹੀ ਡਨ ਕਰੀ ਹੈ ਵੈਕਸੀਨੇਸ਼ਨ ਹੋ ਗਈ ਇੱਕ ਹੋਈ ਹੈ ਇੱਕ ਹੋਈ ਹੈ ਜੀ ਠੀਕ ਹੈ ਬਾਈ ਜੀ ਦੇਖ ਸਕਦੇ ਬਾਈ ਜੀ ਕੁਆਲਿਟੀ ਤੁਹਾਡੇ ਸਾਹਮਣੇ ਕੀ ਕਮੈਂਟ ਕਰਕੇ ਜ਼ਰੂਰ ਦੱਸੋ ਵੀ ਕੁਆਲਿਟੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਨਾ ਰੇਟ ਕੀ ਮੰਗਿਆ ਵੀਰੇ ਇਹਨਾਂ ਦਾ ਇਹਦਾ ਵੀ 15000 ਫੀਮੇਲ ਦਾ 15000 ਰੁਪਏ ਮੰਗਿਆ ਬਾਈ ਫੀਮੇਲ ਦਾ ਨਾ ਦੇਖ ਸਕਦੇ ਤੁਹਾਡੇ ਸਾਹਮਣੇ ਕੁਆਲਿਟੀ ਤੇ ਉਹ ਆਪਣੇ ਹਸਕੀ ਫੀਮੇਲ ਹੈ ਵੀਰੇ ਹਸਕੀ ਫੀਮੇਲ ਹੈਗੀ ਐਂ ਦਿਖਾ ਦਿਓ ਗੁਰਪੇ ਤੋਂ ਚੱਕ ਲਾ ਦੇਖ ਸਕਦੇ ਬਾਈ ਜੀ ਬਲੂ ਆਈ ਦੇ ਵਿੱਚ ਚੱਕ ਦਿਖਾ ਦੇ ਬਾਈ ਬਲੂ ਆਈ ਦੇ ਵਿੱਚ ਆ ਨਾ ਬਸ ਰੱਖਦੇ ਵਿੱਚ ਰੱਖਦੇ ਵਿੱਚ ਹੀ ਰੱਖਦੇ ਬੱਚੇ ਰੱਖ ਕੇ ਵਧੀਆ ਫੋਟੋ ਵਿੱਚ ਰੱਖਦੇ ਆ ਦੇਖ ਸਕਦੇ ਬਾਈ ਜੀ ਬਲੂ ਆਈ ਦੇ ਵਿੱਚ ਆ ਗਈ ਹਸਕੀ ਫੀਮੇਲ ਆ ਗਈ ਕਿੰਨੀ ਉਮਰ ਦੀ ਇਹਨੇ ਇਹ ਵੀਰੇ 2 ਮਹੀਨੇ ਦੀ ਆ ਇਹ 2 ਮਹੀਨੇ ਦੀ ਹੋ ਗਈ ਵੈਕਸੀਨੇਸ਼ਨ ਵਗੈਰਾ ਸਭ ਡਨ ਆ ਨਾ ਵੈਕਸੀਨੇਸ਼ਨ ਹੋਈ ਹੋਈ ਆ ਬਾਈ ਕੁਆਲਿਟੀ ਦੱਸੋ ਕਿਵੇਂ ਲੱਗ ਰਹੀ ਹੈਗੀ ਮੰਗੇ ਕੀ ਇਹਦਾ ਫੀਮੇਲ ਦੀ ਇਹਦਾ ਹੀ 15000 ਇਹਦਾ 15000 ਰੁਪਏ ਹੈ ਨਾ ਹਾਂਜੀ ਤੇ ਆ ਬੀਗਲ ਇਹ ਬੀਗਲ ਮੇਲ ਤੇ ਰੱਖ ਲਓ ਬਾਈ ਜੀ ਬੀਗਲ ਦਿਖਾਉਣੇ ਆ ਬਾਈ ਤੁਹਾਨੂੰ ਦੇਖ ਸਕਦੇ ਆ ਬਾਈ ਕੁਆਲਿਟੀ ਘੈਂਟ ਲੱਗ ਰਹੀ ਹੈ ਨਾ ਯਾਰ ਫੁੱਲ ਕੁਆਲਿਟੀ ਵਧੀਆ ਫੁੱਲ ਕੁਆਲਿਟੀ ਵਧੀਆ ਬਾਈ ਇੱਕ ਮਹੀਨੇ ਦੀ ਮੇਲ ਆ ਜੀ ਮਹੀਨੇ ਦਾ ਮਹੀਨੇ ਦਾ ਇੱਕ ਮੰਥ ਦਾ ਮੇਲ ਆ ਬਾਈ ਦੇਖੋ ਇੱਕ ਮੰਥ ਦਾ ਹੋ ਗਿਆ ਕੁਆਲਿਟੀ ਦੇਖ ਸਕਦੇ ਆ ਬਾਈ ਜੀ ਘਰੇ ਕਿੰਨੇ ਘਰੇ ਹੈਗੇ 15-16 15 ਫਾਰਮ ਫਾਰਮ ਆ ਠੀਕ ਹੈ ਬਾਈ ਜੀ ਕੀ ਨਾਮ ਕੀ ਆਪਦੇ ਆਪਣੇ ਕੈਨਲ ਦਾ ਜੇਕੇ ਕੈਨਲ ਕਿੱਥੇ ਜਾ ਮਲੇਰਕੋਟ ਲੈ ਕਿੱਥੇ ਜਾ ਮਲੇਰਕੋਟ ਗਾਉਂ ਆ ਪਿੰਡ ਜੀ ਕਿਹੜਾ ਰਾਮਗੜ੍ਹ ਸਰਦਾਰ ਅਸਾ ਰਾਮਗੜ੍ਹ ਸਰਦਾਰ ਆ ਠੀਕ ਆ ਬਾਈ ਜੀ ਕੁੱਪ ਦੇ ਕੋਲੇ ਆ ਗਿਆ ਤਾਂ ਹਾਂਜੀ ਹਾਂਜੀ ਠੀਕ ਆ ਬਾਈ ਠੀਕ ਹੈ ਬਾਈ ਜੀ ਕੀ ਰੇਟ ਕੀ ਆ ਇਹਦਾ 9000 ਰੁਪਏ ਮੇਲ 9000 ਰੁਪਏ ਬਾਈ ਬੀਗਲ ਦਾ ਦੇਖ ਸਕਦੇ ਹੋਗੇ ਕੁਆਲਿਟੀ ਮਿਲੂ ਵੀਰੇ ਆਪਣੇ ਕੋਲ ਕੁਆਲਿਟੀ ਮਿਲੂ ਗਿਆ ਠੀਕ ਹੈ ਬਾਈ ਹੋਰ ਕੀ ਹੁੰਦਾ ਆਪਣੇ ਕੋਲੇ ਆਪਾਂ ਸਾਰੀਆਂ ਬਰੀਡਾਂ ਆਲ ਬਰੀਡ ਦਾ ਆਲ ਬਰੀਡ ਦਾ ਕੰਮ ਕਰਦੇ ਠੀਕ ਹੈ ਕਿੰਨਾ ਟਾਈਮ ਕੰਮ ਕਰਦੇ ਮੈਨੂੰ ਵੀ ਤਾਂ 14 ਸਾਲ ਹੋ ਗਏ 14 ਸਾਲ ਹੋ ਗਏ
ਠੀਕ ਆ ਬਾਈ ਜੀ ਇੱਧਰ ਹੀ ਹੋ 14 ਸਾਲ ਦੇ ਠੀਕ ਆ ਬਾਈ ਹੋਰ ਕੀ ਕੀ ਕਰਦੇ ਹੋ ਨਾਲ ਇਹਦੇ ਬਸ ਜੀ ਕੱਲਾ ਡੌਗ ਦਾ ਹੀ ਕੱਲਾ ਡੌਗ ਦਾ ਵਧੀਆ ਫਾਇਦਾ ਹੁੰਦਾ ਵਧੀਆ ਜੀ ਦੋ ਪੈਸੇ ਬਚ ਜਾਂਦੇ ਨੇ ਠੀਕ ਹੈ ਦੋ ਪੈਸੇ ਬਚ ਜਾਂਦੇ ਨਾ ਚਲੋ ਰੋਟੀ ਪਾਣੀ ਤੇ ਲਿਆ ਬਾਈ ਸੌਂਕ ਆ ਯਾਰ ਸੌਂਕ ਨਾ ਕਰ ਰਿਹਾ ਸਹੀ ਗੱਲ ਇਹ ਸੌਂਕ ਨਾਲ ਹੁੰਦਾ ਨਾ ਜੇ ਆਪਾਂ ਨੂੰ ਬਿਨਾ ਪੈਸੇ ਵਾਸਤੇ ਕਰਾਂਗੇ ਫੇਰ ਤਾਂ ਸੌਂਕ ਬਹੁਤ ਵੱਡਾ ਜੀ ਸੌਂਕ ਦਾ ਮੁੱਲ ਹੁੰਦਾ ਕਦੇ ਘੱਟਾ ਕਦੇ ਵੱਧਾ ਪੈ ਜਾਂਦਾ ਬਿਜ਼ਨਸ ਨਾ ਸਾਰਾ ਕੁਝ ਚੱਲਦਾ ਨਾ ਬਈ ਸਾਲੀ ਚੀਜ਼ ਦਾ ਬਿਜ਼ਨਸ ਆ ਇਹ ਤਾਂ ਪਤਾ ਹੀ ਸਹੀ ਗੱਲ ਨੰਬਰ ਬੋਲਦੇ 9855 5543 244 ਦੁਬਾਰੇ ਫਿਰ ਬੋਲੋ 9855 5543 244 ਠੀਕ ਹੈ ਬਾਈ ਲਓ ਬਾਈ ਜੀ ਖਰੀਦ ਲਿਓ ਅਤੇ ਸੰਪਰਕ ਕਰ ਲਿਓ ਬਾਈ ਦੇ ਨਾਲ ਠੀਕ ਹੈ ਜੀ ਮਲੇਰਕੋਟਲੇ ਦੇ ਕੋਲੋਂ ਰਾਮਗੜ੍ਹ ਸਰਦਾਰਨਾਥ ਬਾਈ ਧੰਨਵਾਦ ਓਕੇ